ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਲਾਸਟ ਵੀਡੀਓ 'ਚ ਤੁਹਾਡੇ ਜਿੰਨੇ ਵੀ ਕੁਐਸਚਨ ਸੀਗੇ ਅੱਜ ਉਹਨਾਂ ਦੇ ਆਨਸਰਸ ਦੇਣੇ ਆ ਸਾਡਾ ਕਦੋਂ ਵਿਆਹ ਹੋਇਆ ਸੀਗਾ ਬਾਕੀ ਜਿਹੜੇ ਬਾਕੀ ਤੁਹਾਡੀਆਂ ਕੁਐਰੀ ਸੀਗੇ ਤੁਹਾਨੂੰ ਪ੍ਰੋਬਲਮਸ ਸੀ ਉਹ ਵੀਡੀਓ ਦੇ ਐਂਡ 'ਚ ਆਨਸਰ ਦੇਵਾਂਗੇ ਇਸ ਟਾਈਮ ਅਸੀਂ ਬੈਠੇ ਸੀਗੇ ਮੰਮੀ ਆਪਣਾ ਪੁਰਾਣਾ ਸਮਾਨ ਗੱਡੀ ਬੈਠੇ ਸੀ ਪੱਖੀਆਂ ਵਗੈਰਾ ਤਾਂ ਦੇਖ ਰਹੇ ਸੀ ਇਹਨਾਂ ਤੋਂ ਦੇਖਦੇ ਦੇਖਦੇ ਸਾਨੂੰ ਆਈਡੀਆ ਆਇਆ ਮੈਂ ਕਿਹਾ ਮੈਨੂੰ ਮੇਰੀ ਟੀ ਸ਼ਰਟ 'ਤੇ ਪ੍ਰਿੰਟ ਕਰਕੇ ਦਿਓ ਉੱਦਾਂ ਦੇ ਜਿਵੇਂ ਤੁਸੀਂ ਪਹਿਲਾਂ ਡਿਜ਼ਾਈਨ ਬਣਾਉਂਦੇ ਹੁੰਦੇ ਸੀਗੇ ਬੜਾ ਕੀੜਾ ਹੁੰਦਾ ਸੀ ਵੀ ਕਢਾਈ ਵਾਲਾ ਜੀ ਕਿਉਂ ਉਦੋਂ ਤਾਂ ਛੋਟਿਆਂ ਹੁੰਦੇ ਤਾਂ ਕੰਮ ਹੀ ਇਹੀ ਹੁੰਦੇ ਸੀਗੇ ਨਾ ਕੱਢਣਾ ਹੈ ਬੁਣਨਾ ਹੈ ਕੁੜੀਏ ਆਪਣੀਆਂ ਇਹ ਤਿਆਰ ਕਰ ਲਓ ਚਾਦਰਾਂ ਆ ਹੁਣ ਮੰਮੀ ਨੇ ਬਣਾ ਕੇ ਦਿੱਤਾ ਹਲੇ ਵਿੱਚ ਵਿਚਾਲੀ ਹੈ ਵੈਸੇ ਕੰਮ ਮੈਂ ਟੀ ਸ਼ਰਟ 'ਤੇ ਆਪਣਾ ਨਾਮ ਲਿਖਵਾ ਰਿਹਾ ਪਰਮ ਅੱਜ ਮੰਮੀ ਉਹੀ ਦਿਖਾ ਰਹੇ ਸੀ ਆ ਪੱਖੀਆਂ ਬਣਾਈਆਂ ਹੋਈਆਂ ਪਹਿਲਾਂ ਦੀਆਂ ਉਹਨਾਂ ਦੀਆਂ ਦਾਜ ਵਾਲਾ ਸਮਾਨ ਮੰਮੀ ਦਾ ਜਿਹੜਾ ਪਿਛਲੀ ਵੀਡੀਓ 'ਚ ਇੱਕ ਦਿਖਾਉਣਾ ਰਹਿ ਗਿਆ ਸੀਗਾ ਮੈਂ ਚੱਲ ਅੱਜ ਇਹ 'ਚ ਕਵਰ ਕਰ ਦਿੰਦੇ ਹਾਂ ਆ ਮੰਮੀ ਦੀਆਂ ਪੱਖੀਆਂ ਨੇ ਇਹ ਵੀ ਹੱਥੀ ਬਣਾਈ ਹੋਈ ਹੈ ਉਹ ਇੱਕ ਝੋਲਾ ਝੋਲਾ ਇਹ ਤਾਂ ਕਿਸੇ ਕੋਲੋਂ ਸਾਂਭ ਕੇ ਲੈ ਕੇ ਰੱਖਿਆ ਪੁਰਾਣਾ ਅੱਜ ਕੱਲ ਦਾ ਜਮਾ ਹੀ ਯੂਜ਼ ਚ ਨਹੀਂ ਹੈ ਨਾ ਯੂਜ਼ ਨਹੀਂ ਹੁੰਦਾ ਦੇਖਣ ਨੂੰ ਵੀ ਨਹੀਂ ਮਿਲਦੇ ਕਿਤੇ ਵੈਸੇ ਉਹ ਕੰਮ ਆਉਂਦੇ ਨੇ ਆ ਤਾਂ ਜਾਂ ਪਈ ਦੀ ਡੋਈ ਵਗੈਰਾ ਤੋਂ ਸਮਾਨ ਲਿਆਉਨੇ ਹੋ ਜਾਂ ਕਿਤੋਂ ਉਥੋਂ ਵੈਸੇ ਵੀ ਇਹ ਚੀਜ਼ ਹੁਣ ਲੱਭਦੀ ਨਹੀਂ ਦੇਖਣ ਨੂੰ ਸੋਹਣੀ ਲੱਗਦੀ ਹੈ ਤੇਰੇ ਕੋਈ ਯਾਦ ਪਈ ਰਹਿੰਦੀ ਹੈ ਇੱਕ ਇਹ ਵੀ ਮੈਂ ਵਿਆਹ ਟਾਈਮ ਬੜੀ ਮਿਹਨਤ ਕਰਕੇ ਬਣਾਇਆ ਸੀ ਪਰਸ ਉਸ ਉਦੋਂ ਦੇ ਟਾਈਮ ਦਾ ਇਹ ਵਰਤਿਆ ਵੀ ਹੈ ਕਦੇ ਸ਼ੁਰੂ ਚ ਇੱਕ ਅੱਧੀ ਵਾਰ ਕਦੇ ਫੜਿਆ ਹੋਣਾ ਬਸ ਤੇ ਪਲਾਸਟਿਕ ਦਾ ਮਟੀਰੀਅਲ ਹੈ ਨਾ ਜਿਹੜਾ ਯੂਜ਼ ਕਰ ਹਾਂ ਕਰੋਸ਼ੀਏ ਨਾਲ ਇਹਨੂੰ ਵੀ ਬਣਾਇਆ ਸੀਗਾ ਠੀਕ ਹੈ ਤੇ ਬੜੀ ਮਿਹਨਤ ਕੀਤੀ ਸੀ ਜਿਹਦੇ ਤੇ ਵੀ ਪਰ ਹੁਣ ਇਹਨੂੰ ਮੈਂ ਯਾਦ ਨੂੰ ਬੜਾ ਸਾਂਭ ਕੇ ਰੱਖਿਆ ਹੈ ਹਜੇ ਮੇਰੀ ਇੱਕ ਚੀਜ਼ ਹੋਰ ਆ ਉਹਨੂੰ ਲੱਭ ਨਹੀਂ ਰਹੀ ਕਿੱਥੇ ਹੈਗੀ ਹੈ ਇੱਕ ਟੋਕਰੀ ਸੀਗੀ ਇੱਦਾਂ ਤਾਰਾਂ ਦੀ ਬਣਾਈ ਸੀ ਅੱਛਾ ਉਹ ਵੀ ਕਰੋਸ਼ੀਏ ਨਾਲ ਬਹੁਤ ਮਿਹਨਤ ਕਰਕੇ ਬਣਾਈ ਗਈ ਸੀ ਉਹ ਮੈਨੂੰ ਮਿਲੀ ਨਹੀਂ ਕਿੱਥੇ ਚਲੀ ਗਈ ਕਿੰਨਾ ਟਾਈਮ ਲੱਗਿਆ ਸਰ ਨੂੰ ਬਣਾਉਣ 'ਚ ਇਹਨੂੰ ਕਾਫੀ ਦਿਨ ਲੱਗੇ ਸੀਗੇ ਹੁਣ ਉਹ ਸੂਈ ਪਾਉਂਦੇ ਸੀਗੇ ਮੈਂ ਕਿਹਾ ਸਾਡੇ ਤੋਂ ਆਰਾਮ ਨਾਲ ਪੈ ਜਾਂਦੀ ਹੈ ਕਹਿੰਦੇ ਅਸੀਂ ਵੀ ਆਪਣੀ ਉਮਰ 'ਚ ਐਂ ਪਾਉਂਦੇ ਹੁੰਦੇ ਸੀਗੇ ਆਰਾਮ ਨਾਲ ਪਹਿਲੀ ਝੱਟ ਤੇ ਪਾ ਦੇਣਾ ਹਲ ਅਸੀਂ ਵੀ ਇਦਾਂ ਹੀ ਕਰਦੇ ਹੁੰਦੇ ਸੀਗੇ ਕਿਵੇਂ ਜਿਵੇਂ ਮੇਰੀ ਮਦਰ ਨੇ ਕਹਿਣਾ ਨਾ ਜਿਵੇਂ ਵੀ ਮੇਰੇ ਤੋਂ ਤਾਂ ਆਹ ਪਾਣੀ ਮੇਰੇ ਤੋਂ ਹੁੰਦਾ ਨੀ ਮੈਨੂੰ ਤਾਂ ਦਿਸਦਾ ਤੁਹਾਨੂੰ ਕਿਵੇਂ ਨੀ ਦਿਸਦਾ ਉਹ ਫਿਰ ਜਦ ਉੱਥੇ ਪਹੁੰਚਦੇ ਉਦੋਂ ਹੀ ਪਤਾ ਲੱਗਦਾ ਵੀ ਬਾਕੀ ਦਿਸਦਾ ਨੀ ਫਿਰ ਹੁਣ ਉਹ ਨੀ ਰਹੇ ਹੈਨਾ ਅੱਜ ਫੇਰ ਦੁਬਾਰਾ ਇਹ ਸ਼ੋਪਿੰਗ ਕਰਕੇ ਆਈਆਂ ਨੇ ਆ ਹੁਣ ਹੋਰ ਲਿਆਂਦਾ ਸਮਾਨ ਥੋੜਾ ਜਿਹਾ ਦਿਖਾਇਓ ਕੀ ਲੈ ਕੇ ਆਏ ਇਹ ਤਾਂ ਉਹ ਹੀ ਜਿਹੜਾ ਸੀ ਵਾਲਾ ਤੋਂ ਲਿਖਤਾ ਸੀਗਾ ਅੱਛਾ ਫਿਟ ਅੱਛਾ ਹਾਂ ਉਦੋਂ ਜਿਹੜਾ ਲਿਆ ਸੀ ਆਲਟਰ ਲਈ ਦਿੱਤਾ ਸੀਗਾ ਜਿਹੜਾ ਔਰ ਵਾਲਿਆਂ ਕੋਲ ਹਾਂਜੀ ਉਹਨਾਂ ਦੀ ਕਲੈਕਸ਼ਨ ਬਹੁਤ ਵਧੀਆ ਸੀ ਉੱਥੋਂ ਅਸੀਂ ਲਏ ਦੋ ਇੱਕ ਤਾਂ ਆਹ ਸੀਗਾ ਇੱਕ ਇਹ ਸੀ ਆਹ ਮੇਰਾ ਫੇਵਰੇਟ ਮੈਨੂੰ ਜ਼ਿਆਦਾ ਵਧੀਆ ਲੱਗਿਆ ਸਾਰੇ ਨਾਲੋਂ ਇਹ ਕਿਉਂਕਿ ਇਹ ਥੋੜ੍ਹਾ ਜਿਹਾ ਇਹਨਾਂ ਨਾਲੋਂ ਡਿਫਰੈਂਟ ਹੈ ਇਹਦਾ ਡਿਜ਼ਾਈਨ ਤੇ ਪੈਟਰਨ ਵੀ ਡਿਫਰੈਂਟ ਹੈ ਇਹਦਾ ਕਲਰ ਵੀ ਘੈਂਟ ਹੈ ਰਾਇਲ ਬਲੂ ਜਿਹਾ ਕਲਰ ਹੈ ਹਾਂ ਵਧੀਆ ਨੇ ਬਾਕੀ ਤੁਸੀਂ ਵੀ ਦੱਸਿਓ ਕਿਵੇਂ ਲੱਗੇ ਤੁਸੀਂ ਲਾਸਟ ਵੀਡੀਓ 'ਚ ਪੁੱਛਦੇ ਸੀ ਵੀ ਕਿੱਥੋਂ ਲੈ ਕੇ ਆਉਂਦਾ ਸਮਾਨ ਉਹ ਇੱਕ ਪਹਿਲੀ ਸ਼ੋਪ ਜਿਹੜੀ ਉਦੋਂ ਪਹਿਲੀ ਸ਼ੋਪ 'ਚ ਗਏ ਸੀ ਉਹ ਕਿਹੜੀ ਸੀਗੀ ਉਹ ਪੁੱਛ ਕਮੈਂਟ ਪੁੱਛਣਾ ਵੀ ਨਹੀਂ ਇੱਕ ਹੋਰ ਗਏ ਸੀ ਲਕਸ਼ਿਤਾ ਹਾਂ ਉਹ ਸ਼ੋਪ ਸੀਗੀ ਉਹ ਸਭ ਤੋਂ ਪਹਿਲਾਂ ਇੱਕ ਕਮੈਂਟ 'ਚ ਕਾਫੀ ਨੇ ਪੁੱਛਿਆ ਸੀ ਸਭ ਤੋਂ ਪਹਿਲੀ ਸ਼ੋਪ ਕਿਹੜੀ ਸੀ ਲਕਸ਼ਿਤਾ ਇਹ ਸਾਰੀਆਂ ਸ਼ੋਪਸ ਹੈਗੀਆਂ ਨੇ ਆਪਣਾ ਜੱਗੀ ਸਵੀਟ ਦੇ ਨਾਲ ਪਟਿਆਲੇ 22 ਨੰਬਰ ਫਾਟਕ ਭੁਪਿੰਦਰਾ ਰੋਡ ਲੈ ਆਇਓ ਜਿਹਨਾਂ ਨੇ ਲੈ ਕੇ ਆਉਣੇ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਦੋਂ ਸਾਡਾ ਵਿਆਹ ਹੋਇਆ ਸੀਗਾ ਅਤੇ ਕਿਹੜੇ ਸੰਨ ਦੀ ਗੱਲ ਹੈ ਇਹ ਹਾਂਜੀ ਹੁਣ ਕਰਦੇ ਹਾਂ ਗੱਲ ਵਿਆਹ ਦੀ ਹੁਣ ਤੁਸੀਂ ਪੁੱਛਦੇ ਸੀਗੇ ਕਿ ਸਾਡੀ ਲਵ ਮੈਰਿਜ ਹੋਈ ਸੀ ਜਾਂ ਅਰੇਂਜ ਮੈਰਿਜ ਅਤੇ ਕਦੋਂ ਹੋਇਆ ਸੀ ਸਾਡਾ ਵਿਆਹ ਹਾਂਜੀ ਹੁਣ ਗੱਲ ਕਰਦੇ ਹਾਂ ਸਾਡੇ ਵਿਆਹ ਦੀ ਸਾਡਾ ਵਿਆਹ ਹੋਇਆ ਸੀਗਾ 2015 'ਚ ਸਪਤੰਬਰ 2015 'ਚ 20 ਸਪਤੰਬਰ ਨੂੰ ਹੈ ਨਾ ਅਤੇ ਆਲਮੋਸਟ 5 ਸਾਲ ਹੋ ਚੁੱਕੇ ਨੇ 6ਵਾਂ ਸਾਲ ਚੱਲ ਰਿਹਾ ਹੁਣ ਜਿੱਦਣ ਸਾਡਾ ਵਿਆਹ ਹੋਇਆ ਸੀਗਾ 20 ਸਪਤੰਬਰ ਨੂੰ ਉਦਣ ਮੀਂਹ ਬਾਲਾ ਪਿਆ ਸੀਗਾ ਨਜਾਇਜ਼ ਮੀਂਹ ਪਿਆ ਉਦਣ ਸਵੇਰ ਤੋਂ ਹੀ ਸਾਰਾ ਦਿਨ ਮੀਂਹ ਪਈ ਗਿਆ
ਜਿਵੇਂ ਮੈਰਿਜ ਸਾਡੀ ਆਨੰਦ ਕਾਰਜ ਹੋ ਗਈ ਸੀ ਜਦੋਂ ਅਸੀਂ ਵੀ ਮੈਂ ਵਿਦਾ ਹੋਣ ਲੱਗੀ ਉਦੋਂ ਹੀ ਨਾਲ ਦੇ ਨਾਲ ਮੀਂਹ ਬੰਦ ਹੋ ਗਿਆ ਸੀਗਾ ਜਦੋਂ ਤੱਕ ਰਾਜਪੁਰੇ ਪਹੁੰਚੇ ਉਦੋਂ ਪੂਰੀ ਧੁੱਪ ਨਿਕਲ ਗਈ ਸੀਗੀ ਜਦੋਂ ਵਿਆਹ ਖਤਮ ਹੋਇਆ ਉਦੋਂ ਹੀ ਨਾਲ ਦੀ ਨਾਲ ਹੀ ਮੀਂਹ ਖਤਮ ਹੋ ਗਿਆ ਸਾਢੇ ਕੁ ਚਾਰ ਵਜੇ ਦੇ ਨੂੰ ਸਾਡਾ ਮਤਲਬ ਸਾਰਾ ਸਿਸਟਮ ਖਤਮ ਹੋ ਗਿਆ ਸੀ ਮੇਰੇ ਪਾਪਾ ਮਤਲਬ ਬਾਹਰ ਸਿਸਟਮ 'ਚ ਬੜਾ ਉਹ ਨੇ ਮਤਲਬ ਵੀ ਸਰਜਰੀ ਚੱਲੋ ਫਟਾਫਟ ਹਾਂ ਹਾਂ ਸਾਰਾ ਕੁਝ ਛੇਤੀ 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 ਮਤਲਬ ਟਾਈਮ ਸਿਰ ਹੋ ਜਾਵੇ ਹੁਣ ਤੁਹਾਡਾ ਨੈਕਸਟ ਕੁਐਸਚਨ ਸੀਗਾ ਵੀ ਸਾਡੀ ਲਵ ਮੈਰਿਜ ਹੋਈ ਸੀ ਜਾਂ ਅਰੇਂਜ ਮੈਰਿਜ ਹੋਈ ਸੀਗੀ ਸਾਡੀ ਹੋਈ ਸੀਗੀ ਤੁਸੀਂ ਦੱਸੋ ਲਵ ਮੈਰਿਜ ਹੋਈ ਸੀ ਅਰੇਂਜ ਇਹ ਮੈਨੂੰ ਪਤਾ ਤੁਹਾਡੇ ਦਿਮਾਗ 'ਚ ਕੁਐਸਚਨ ਕਿਉਂ ਆਇਆ ਹੋਣਾ ਕਿਉਂਕਿ ਇਹਦਾ ਨਾਮ ਊਸ਼ਾ ਅਤੇ ਹਿੰਦੂਆਂ ਵਾਲਾ ਨਾਮ ਹੈ ਤਾਂ ਕਰਕੇ ਤੁਹਾਨੂੰ ਲੱਗਿਆ ਹੋਣਾ ਵੀ ਮੇਰੀ ਲਵ ਮੈਰਿਜ ਹੋਈ ਹੋਣੀ ਪਰ ਤੁਸੀਂ ਗਲਤ ਹੋ ਸਾਡੀ ਹੋਈ ਸੀਗੀ ਅਰੇਂਜ ਮੈਰਿਜ ਅਤੇ ਮੈਂ ਹਰਿਆਣਾ ਤੋਂ ਬਿਲੋਂਗ ਕਰਦੀ ਹਾਂ ਇਸ ਕਰਕੇ ਮੇਰਾ ਇਹ ਨਾਮ ਹੈ ਅਤੇ ਇਹ ਹੈਗੇ ਪੰਜਾਬ ਦੇ ਤਾਂ ਇਹਨਾਂ ਦਾ ਨਾਮ ਹੈਗਾ ਇੱਦਾਂ ਪਰਮ ਹਾਂ ਇਹ ਹਰਿਆਣੇ ਦੀ ਛੋਰੀ ਹੈ ਹਰਿਆਣੇ ਕੀ ਛੋਰੀ ਇਹਨਾਂ ਦੇ ਉੱਧਰ ਇੱਦਾਂ ਹੀ ਬੋਲਦੇ ਹੁੰਦੇ ਨੇ ਕਿਆ ਕਰ ਰਿਹਾ ਇੱਦਾਂ ਜੀ ਕਰਕੇ ਹੈ ਨਾ ਐਵੇਂ ਮਤਲਬ ਥਾਰੇ ਮਾਰੇ ਤੋਂ ਉੱਥੇ ਸ਼ੁਰੂ ਕਰਦੇ ਨੇ ਪਹਿਲਾਂ ਤਾਂ ਮਤਲਬ ਬੜਾ ਲੈਂਗੁਏਜ ਬੈਰੀਅਰ ਰਿਹਾ ਸਟਾਰਟਿੰਗ 'ਚ ਹੁਣ ਤਾਂ ਜਮਾਂ ਹੀ ਪੰਜਾਬੀ ਹੁਣ ਹਿੰਦੀ ਨਹੀਂ ਮੈਨੂੰ ਲੱਗਦਾ ਔਖੀ ਲੱਗਦੀ ਹੈ ਹਿੰਦੀ ਬੋਲੀ ਐਵੇਂ ਲੱਗਦੀ ਜਿਵੇਂ ਹੁਣ ਮੈਂ ਕਈ ਵਾਰ ਹੁਣ ਮੈਂ ਕਹਿ ਰਿਹਾ ਸੀਗਾ ਪਹਿਲਾਂ ਜਦ ਅਸੀਂ ਵੀਡੀਓ ਮੈਂ ਕਿਹਾ ਮਾੜੇ ਹਰਿਆਣਵੀ 'ਚ ਬੋਲ ਕੇ ਦਿਖਾਇਓ ਕਹਿੰਦੇ ਮੇਰੇ ਤੋਂ ਬੋਲਿਆ ਨਹੀਂ ਜਾਣਾ ਜੇ ਆਪਾਂ ਇੱਦਾਂ ਕਹਿਣਾ ਹੋਵੇ ਹਰਿਆਣਵੀ 'ਚ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਲਾਈਕ ਕਰ ਲਓ ਹੋਰਾਂ ਨੂੰ ਵੀ ਸਾਡੀਆਂ ਵੀਡੀਓਜ਼ ਦਿਖਾਇਓ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਹਰਿਆਣਵੀ 'ਚ ਆਪਾਂ ਕਿੱਦਾਂ ਬੋਲਾਂਗੇ ਉਹ ਇੱਦਾਂ ਬੋਲਾਂਗੇ ਮਾਰੀ ਇਹ ਮਾਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਅਤੇ ਤੁਹਾਨੂੰ ਫਿਰ ਪੰਜਾਬੀ ਨਿਕਲ ਗਈ ਹਾਂ ਥੰਬਨੇ ਜੋ ਇਹ ਤੁਹਾਨੂੰ ਜੇ ਵਧੀਆ ਲੱਗਿਆ ਠੀਕ ਲੱਗਿਆ ਤਾਂ ਫਿਰ ਇਹਨੂੰ ਅੱਗੇ ਹੋਰ ਲੋਕਾਂ ਨੂੰ ਵੰਡ ਦਿਓ ਦੱਸ ਦਿਓ ਇਹ ਤਾਂ ਪੰਜਾਬੀ ਹੋਈ ਆ ਮਤਲਬ ਹੁਣ ਮੈਨੂੰ ਉਹੀ ਤਾਂ ਔਖਾ ਵੀ ਹੁਣ ਅੱਛਾ ਥਾਵੇਂ ਐ ਨਹੀਂ ਕਹਿੰਦੇ ਹੁੰਦੇ ਯੋ ਯੂ ਐਦਾਂ ਕਰਕੇ ਬੋਲਦੇ ਹੁੰਦੇ ਥੋੜੀ ਹੋਰ ਟੰਗ ਹੈ ਹਰਿਆਣਵੀ ਅਰੇਂਜ ਮੈਰਿਜ ਹੀ ਸੀਗੀ ਵੈਸੇ ਇਹ ਹਿੰਦੂ ਫੈਮਿਲੀ ਤੋਂ ਹੀ ਬਿਲੋਂਗ ਕਰਦੀ ਸੀ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਸੀਗਾ ਇਹ ਰੀਜ਼ਨ ਇਹ ਆ ਕਿ ਸਾਡੇ ਜਿਹੜੀ ਕਾਸਟ ਹੈ ਮਤਲਬ ਮੈਂ ਵੈਸੇ ਇਹ ਚੀਜ਼ਾਂ 'ਚ ਇੰਨਾ ਬਿਲੀਵ ਨਹੀਂ ਕਰਦਾ ਪਰ ਆਪਣੇ ਜਿਵੇਂ ਵੀ ਪਹਿਲਾਂ ਬਣਿਆ ਹੋਇਆ ਸਾਰਾ ਸਿਸਟਮ ਵੀ ਜਿਹੜੀ ਸਾਡੀ ਕਾਸਟ ਆ ਅਸੀਂ ਗੁੱਜਰ ਕਾਸਟ ਨੂੰ ਬਿਲੋਂਗ ਕਰਦੇ ਹਾਂ ਤਾਂ ਸਾਡੀ ਕਾਸਟ 'ਚ ਮਤਲਬ ਹਿੰਦੂ ਜ਼ਿਆਦਾ ਨੇ ਸਿੱਖ ਘੱਟ ਨੇ ਸਿੱਖ ਫੈਮਿਲੀਜ਼ ਸਾਰੇ ਉਹੀ ਮਤਲਬ ਮੇਰੀ ਜਿਹੜੀ ਸਿਸਟਰ ਵੀ ਆ ਉਹ ਵੀ ਹਿੰਦੂ ਫੈਮਿਲੀ 'ਚ ਮੈਰਿਡ ਆ ਆਪਣੇ ਸਿੱਖ ਫੈਮਿਲੀਜ਼ ਘੱਟ ਨੇ ਮਤਲਬ ਸਾਡੀ ਕਾਸਟ 'ਚ ਤਾਂ ਕਰਕੇ ਫਿਰ ਦੋ ਰਿਲੀਜਨ ਐਵੇਂ ਮਿਕਸ ਹੋ ਜਾਂਦੇ ਸਾਡੇ ਅਤੇ ਉਹ ਤੋਂ ਬਾਅਦ ਫਿਰ ਆਪਣਾ ਕੀ ਕਹਿੰਦੇ ਐਵੇਂ ਸਾਡੇ ਭੂਆ ਵੀ ਆ ਮਤਲਬ ਭੂਆ ਦੇ ਬੱਚੇ ਦਾ ਪ੍ਰੋਪਰ ਅੰਮ੍ਰਿਤਧਾਰੀ ਨੇ ਉਹਨਾਂ ਨੂੰ ਵੀ ਹੁਣ ਉਹਨਾਂ ਦੇ ਰਿਸ਼ਤੇ ਕਰਨੇ ਨੇ ਤਾਂ ਹੁਣ ਉਹ ਪਹਿਲਾਂ ਹੀ ਉਹਨਾਂ ਨੂੰ ਲੱਭਣ ਲੱਗੇ ਹੋਏ ਆ ਵੀ ਸਿੱਖ ਫੈਮਿਲੀ ਵੀ ਮਿਲ ਜਾਵੇ ਪ੍ਰੋਪਰ ਕਿਉਂਕਿ ਉਹਨਾਂ ਨੇ ਤਾਂ ਅੰਮ੍ਰਿਤ ਵੀ ਛਕਿਆ ਹੋਇਆ ਐਵੇਂ ਸਾਡੇ ਇਹ ਕਾਸਟ 'ਚ ਹੈਗਾ ਮਤਲਬ ਵੀ ਹਿੰਦੂ ਜ਼ਿਆਦਾ ਨੇ ਤਾਂ ਕਰਕੇ ਇਹਦਾ ਨਾਮ ਊਸ਼ਾ ਤਾਂ ਬਸ ਇਹ ਆ ਕਿਉਂਕਿ ਤੁਹਾਨੂੰ ਇਹ ਕਾਫੀ ਡਾਊਟਸ ਸੀਗਾ ਮੈਨੂੰ ਪਤਾ ਵੀ ਅੱਗੇ ਕਮੈਂਟ ਵੀ ਆਉਣੇ ਸੀ ਮੈਂ ਚਲੋ ਇਹ ਗੱਲ ਪਹਿਲਾਂ ਹੀ ਕਲੀਅਰ ਹੀ ਕਰ ਦਈਏ ਅਤੇ ਬਾਕੀ ਤੁਸੀਂ ਬੋਲੋ ਹੁਣ ਕੁਛ ਅਤੇ ਚਲੋ ਇੱਥੇ ਹੀ ਆਪਾਂ ਅੱਜ ਇਹੀ ਗੱਲ ਕਰਨੀ ਸੀਗੀ ਤੁਸੀਂ ਸਾਰਿਆਂ ਨੂੰ ਜ਼ਿਆਦਾ ਕਮੈਂਟ ਕੀਤੇ ਸੀਗੇ ਆਹੀ ਪੁੱਛਿਆ ਹੋਇਆ ਸੀ ਕਮੈਂਟਾਂ 'ਚ ਕਿ ਤੁਹਾਡੀ ਲਵ ਮੈਰਿਜ ਹੋਈ ਸੀ ਜਾਂ ਅਰੇਂਜ ਉਹ ਆਪਾਂ ਦੱਸ ਦੱਸ ਕੇ ਸਾਡੀ ਅਰੇਂਜ ਮੈਰਿਜ ਹੋਈ ਸੀ ਅੱਗੇ ਵੀ ਵਿਆਹ ਦੇ ਰਿਲੇਟਡ ਕਾਫੀ ਸਟੋਰੀਜ਼ ਨੇ 5 ਸਾਲ ਹੋ ਗਏ ਬਹੁਤ ਕਹਾਣੀਆਂ ਨੇ ਮੈਂ ਐਂ ਨਹੀਂ ਕਿ ਮੈਂ ਤੁਹਾਨੂੰ ਜਮ੍ਹਾਂ ਹੀ ਜੋ ਸੱਚਾਈ ਆ ਉਹੀ ਇਨ ਫਿਊਚਰ ਦੱਸੂੰਗਾ ਸਾਰੀ ਮੈਰਿਜ ਸਟਾਰਟਿੰਗ 'ਚ ਪਰਫੈਕਟ ਨਹੀਂ ਹੁੰਦੀਆਂ ਹੌਲੀ ਹੌਲੀ ਆਪਾਂ ਨੂੰ ਟਾਈਮ ਦੇਣਾ ਪੈਂਦਾ ਟਾਈਮ ਦੇ ਕੇ ਸਾਰਾ ਕੁਛ ਵਧੀਆ ਹੋ ਜਾਂਦਾ ਅਤੇ ਇਹੀ ਮੈਸੇਜ ਮਤਲਬ ਅੱਜ ਕੱਲ੍ਹ ਜਿਵੇਂ ਦੀ ਆਪਣੀ ਹੁਣ ਵਾਲੀ ਜਨਰੇਸ਼ਨ ਆ ਉਹ 'ਚ ਮਤਲਬ ਆਹ ਚੀਜ਼ ਘੱਟ ਗਈ ਹੋਈ ਹੈ ਥੋੜ੍ਹਾ ਜਿਹਾ ਪੇਸ਼ੈਂਸ ਕਹਿ ਲਓ ਜਾਂ ਟਾਈਮ ਦੇਣਾ ਘੱਟ ਗਿਆ ਹੋਇਆ ਤਾਂ ਕਰਕੇ ਇਹ ਚੀਜ਼ਾਂ ਮੈਂ ਚਲੋ ਆਉਣ ਵਾਲੀਆਂ ਵੀਡੀਓ 'ਚ ਅਸੀਂ ਆਪਾਂ ਇਹ ਵਾਲੇ ਟੋਪਿਕ ਵੀ ਡਿਸਕਸ ਕਰਾਂਗੇ ਅਤੇ ਹੁਣ ਆਪਾਂ ਉਹ ਵਾਲੇ ਟੋਪਿਕਸ ਵੀ ਮਤਲਬ ਆਪਣੀਆਂ ਅਗਲੀਆਂ ਵੀਡੀਓਜ਼ 'ਚ ਕਵਰ ਕਰਿਆ ਕਰਾਂਗੇ ਜਿੱਦਾਂ ਦੇ ਤੁਹਾਡੇ ਕਮੈਂਟਸ ਆਏ ਹੋਏ ਸੀਗੇ ਸਾਡਾ ਹੈਗਾ ਗੋਲ ਜਾਂ ਏਮ ਇੱਦਾਂ ਵੀ ਆਪਾਂ ਥੋੜ੍ਹੇ ਜਿਹੜੇ ਆਪਾਂ ਨੂੰ ਵੈਲਬੀਇੰਗ ਵਾਲੀਆਂ ਗੱਲਾਂ ਨੇ ਮਤਲਬ ਉਹ ਵੀ ਆਪਾਂ ਆਪਣੇ ਚੈਨਲ 'ਤੇ ਕਰਿਆ ਕਰੀਏ ਪਰ ਜੇ ਤੁਸੀਂ ਉਹ ਚਾਹੁੰਦੇ ਹੋ ਤਾਂ ਹੀ ਅਸੀਂ ਕਰਾਂਗੇ ਮਤਲਬ ਨਹੀਂ ਉਹਦੇ ਲਈ ਆਪਾਂ ਇੱਕ ਅਲੱਗ ਤੋਂ ਚੈਨਲ ਬਣਾ ਲਾਂਗੇ ਜੇ ਤੁਹਾਨੂੰ ਇੱਥੇ ਵਲੋਗਸ ਦੇਖਣੇ ਹੀ ਪਸੰਦ ਨੇ ਕਿਉਂਕਿ ਹਰੇਕ ਦਾ ਆਪਣਾ ਟੇਸਟ ਹੈ ਇਹਨਾਂ ਦਾ ਵੀ ਹੁਣ ਕਾਫੀ ਐਕਸਪੀਰੀਅੰਸ ਆ ਮੈਂ ਜੇ ਆਪਣਾ ਦੱਸਾਂ ਤਾਂ ਮੈਨੂੰ ਇਨਰ ਸੈਲਫ ਜਾਂ ਮੈਡੀਟੇਸ਼ਨ ਰਿਲੇਟਡ ਕਾਫੀ ਜ਼ਿਆਦਾ ਮੈਂ ਇਹ ਚੀਜ਼ਾਂ ਬਾਰੇ ਕਾਫੀ ਡੀਪ ਸਟੱਡੀ ਕੀਤੀ ਹੋਈ ਹੈ ਬਾਕੀ ਡਾਈਟ ਦੇ ਰਿਲੇਟਡ ਆਪਣੀ ਬੋਡੀ ਦੇ ਰਿਲੇਟਡ ਫਿਟਨੈਸ ਦੇ ਰਿਲੇਟਡ ਕਹਿ ਸਕਦੇ ਹਾਂ
और रिलेटड आपां सारे टॉपिक्स दूसरे चैनल पर भी कवर कर सकते हैं, इस पर भी कर सकते हैं थोनों ये तो चाहिए ने। बाकी अज आप जो थोड़े सारे नाल ज़्यादा अज कमेंट आई आया हुआ नीज़ के रिलेटड प्रॉब्लम होर भी काफ़ी सी आप हौली हौली कवर करा वो भी टॉपिक्स। तो चलो तुम हूँ फिर दसो। हाँ जी, जिहड़ी नीज़ की प्रॉब्लम हैगी है ये पंजाब च बहुत ज़्यादा कॉमन हैगी है, ये यंग बच्चों नू भी हो रही है तो ओल्ड नू तो चलो होंगी हैगी है। ये जेडे आप अज मैं जस्ट थोनू टिप्स दसन लगी हाँ। जिहड़ा पहला टिप हैगा इस ऑलमोस्ट सारे ही थोनू दसते होंगे ने, ये बहुत इफेक्टिव होंगे ने। जिवें लंबा टाइम खड़ा नहीं होना तुसी, तो चौकड़ी मार के बहुत टाइम नहीं बैठना, तो स्टेयर नू भी तुसी अवॉइड करना, घट तो घट थोनू चढ़ना पवे, तो लंबा टाइम बैठना भी नहीं है। जिवें चेयर सिटिंग कर देंगे वो भी तुसी बहुत लंबा टाइम नहीं बैठना। जे इनकेस थोनू लगता भी तुसी चढ़ना ही थोनू मतलब स्टेयर चढ़नी पैंदी थोड़ा कमरा उत्ते थोड़ा घर उत्ते है, तो तुसी इदां कर सकदे हो जिहड़े गोडे च मतलब वध पेन हुंदी है जिहड़ा ठीक है उहनू पहला रख के उहदे बराबर तुसी जिहड़ा ठीक है उहनू जिहड़ा पेन करदा उहनू रख सकदे हो। इदां तुसी चढ़ जाओ जदों उतरना हुंदा जिहदे च ज़्यादा पेन हुंदी है पहलां तुसी उहनू रखना है, फिर उस तों बाद दूजे नू मतलब बराबर रख के तुसी इदां इहनू चढ़ना ते उतरना। इहदे नाल जिहड़ा गोडे ते स्ट्रैस नहीं पऊगा ते पेन भी घटूगा। ਤੇ ਐਵੇਂ ਜਿਹੜੀਆਂ ਇਹਨਾਂ ਦੀਆਂ ਐਕਸਰਸਾਈਜ਼ ਵਗੈਰਾ ਨੇ ਉਹ ਆਪਾਂ ਇਨ ਡਿਟੇਲ ਤੁਹਾਨੂੰ ਕਰਕੇ ਵੀ ਜਿਹੜੀਆਂ ਵੀ ਇਹਨਾਂ ਦੀ ਰਿਲੇਟਡ ਗੁੱਡ ਐਕਸਰਸਾਈਜ਼ ਹੈਗੀਆਂ ਨੇ ਉਹ ਤੁਹਾਨੂੰ ਅੱਗੇ ਦੱਸ ਦਾਂਗੇ, ਤੁਹਾਨੂੰ ਅੱਗੇ ਦੱਸ ਦਾਂਗੇ ਡਿਟੇਲ ਦੇ ਵਿੱਚ ਪੂਰਾ ਐਕਸਪਲੇਨ ਕਰਕੇ ਜੇ ਤੁਹਾਨੂੰ ਉਦਾਂ ਦਾ ਚਾਹੀਦਾ ਹਾਂ ਜੀ ਜੇ ਉਦਾਂ ਤੁਹਾਨੂੰ ਚਾਹੀਦਾ ਉਦਾਂ ਦਾ ਫਿਰ ਆਪਾਂ ਕੰਟੈਂਟ ਜ਼ਿਆਦਾ ਇੱਕ ਅਲੱਗ ਤੋਂ ਉਦਾਂ ਦਾ ਚੈਨਲ ਹੀ ਬਣਾ ਲਾਂਗੇ ਜਿੱਥੇ ਆਪਾਂ ਪ੍ਰੋਪਰ ਜੀ ਸਾਰਾ ਕੁਝ ਦੱਸ ਸਕੀਏ। ਹਾਂਜੀ, ਕਿਉਂਕਿ ਉਹ ਇੱਕ ਲੈਂਥੀ ਪ੍ਰੋਸੈਸ ਹੀ ਹੈ ਇੱਕ ਤਰ੍ਹਾਂ, ਪ੍ਰੋਪਰ ਉਹ ਕਰਕੇ ਦਿਖਾ ਦੇ ਬਹੁਤ ਟਾਈਮ ਲੱਗਦਾ ਉਹਨੂੰ ਤਾਂ ਮਤਲਬ। ਹਾਂਜੀ ਹਾਂਜੀ, ਤੇ ਇੱਕ ਹੋਰ ਹੈਗੀ ਹੈ ਜੇ ਨੀਜ਼ 'ਚ ਵੀ ਸਵੈਲਿੰਗ ਹੁੰਦੀ ਕਈ ਨੂੰ ਪਤਾ ਨਹੀਂ ਹੁੰਦਾ ਵੀ ਸਵੈਲਿੰਗ ਹੈ, ਤਾਂ ਉਹਨਾਂ ਨੂੰ ਮੈਡੀਸਨ ਵੀ ਖਾਂਦੇ ਉਹਦੇ ਨਾਲ ਵੀ ਉਹਨਾਂ ਦੀ ਘੱਟਦੀ ਨੇ, ਤਾਂ ਕੀ ਕਰ ਸਕਦੇ ਹਾਂ 5 to 7 minutes ਲਈ ਆਈਸਿੰਗ ਕਰ ਸਕਦੇ, ਆਈਸਿੰਗ ਨਾਲ ਕੀ ਹੁੰਦਾ ਸਵੈਲਿੰਗ ਘੱਟ ਜਾਂਦੀ ਹੈ। ਜੇ ਨਹੀਂ ਹੈਗੀ ਸਵੈਲਿੰਗ ਤਾਂ ਨੋਰਮਲ ਤੁਸੀਂ ਗਰਮ ਪਾਣੀ ਦਾ ਸੇਕ ਦੇ ਸਕਦੇ ਹੋ, ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਗੋਡਿਆਂ ਨੂੰ। ਅਤੇ ਜੇ ਤੁਹਾਡੀਆਂ ਉਹਦੇ ਨਾਲ ਪਿੰਨੀ ਜਿਵੇਂ ਆਪਾਂ ਕਹਿੰਦੇ ਪਿੰਨੀਆਂ ਕਹਿੰਦੇ ਆ ਕਾਫ ਨੂੰ, ਹੈ ਨਾ, ਜੇ ਉਹ ਵੀ ਦੁਖਦੀਆਂ ਤੁਸੀਂ ਉੱਥੇ ਵੀ ਗਰਮ ਪਾਣੀ ਦਾ ਸੇਕ ਦੇ ਕੇ ਦੇਖਿਓ, ਉਹ ਵੀ ਤੁਹਾਨੂੰ ਬਹੁਤ ਇਫੈਕਟਿਵ ਰਹਿਣਗੀਆਂ, ਫਰਕ ਪਾਉਣਗੀਆਂ ਤੁਹਾਨੂੰ ਬਹੁਤ, ਤੁਹਾਨੂੰ ਫਰਕ ਲੱਗੂਗਾ। ਅਤੇ ਹੋ ਸਕਦਾ ਵੀ ਜਿੰਨਾ ਹੋ ਸਕਦਾ ਤੁਸੀਂ ਆਪਣੇ ਜਿਵੇਂ ਪੰਜੇ ਹੁੰਦੇ ਨੇ ਉਹਨਾਂ ਨੂੰ ਸਰਕਲ 'ਚ ਘੁਮਾਇਆ ਕਰੋ, ਜਿਵੇਂ ਕਲੋਕ ਵਾਈਜ਼ ਹੁੰਦਾ ਅਤੇ ਐਂਟੀ ਕਲੋਕ ਵਾਈਜ਼ ਹੁੰਦਾ, ਇਹ ਮਤਲਬ ਇਹ ਤੁਹਾਨੂੰ ਅੱਗੇ ਅਸੀਂ ਡਿਟੇਲ 'ਚ ਦੱਸ ਦਾਂਗੇ, ਪ੍ਰੋਪਰ ਦੱਸ ਦਾਂਗੇ। ਹਾਂਜੀ, ਹੋਰ ਫਿਰ ਚਲੋ ਇੱਥੇ ਆਪਾਂ ਕਰਦੇ ਹਾਂ ਵੀਡੀਓ ਨੂੰ ਐਂਡ। ਹਾਂਜੀ, ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਤੇ ਇੱਕ ਵਾਰ ਹਰਿਆਣੇ ਵਿੱਚ ਵੀ ਕਹਿ ਦਿਓ ਮਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤੇ ਚਲੋ ਠੀਕ ਹੈ ਫਿਰ, ਇੱਦਾਂ ਹੀ ਮਿਲਦੇ ਕਿਸੇ ਨੈਕਸਟ ਵੀਡੀਓ 'ਚ। ਓਕੇ ਬਾਏ।